Hello, students. Now, today we will start with the next topic that is relational algebra. So, uh, relational algebra is a procedural language. It specifies the operation to be performed on existing relations in derived re uh, result uh, relation. Therefore, it defines the complete uh, schema for each of the result relations. as it is uh, defines the complete schema step by step so we call relational algebra as procedural language step by step eh aapnu dassda hai ke schema ta isliye nu apa procedural language kehne hange ya ta eh jehda hai ke relational algebra ke operations jehde ne do ch divided ne ik hunda set oriented basic set oriented hor ik hunda hai relational ਓਰੀਐਂਟਡ ਬੇਸਿਕ ਆਪਰੇਸ਼ਨਸ ਜਿਹੜੇ ਹੁੰਦੇ ਨੇ ਹੁੰਦੇ ਨੇ ਯੂਨੀਅਨ ਇੰਟਰਸੈਕਸ਼ਨ ਡਿਫਰੈਂਸ ਤੇ ਕਾਰਡੀਏਜੀਅਰ ਪ੍ਰੋਡਕਟ ਤੇ ਹੁਣ ਜਿਹੜਾ ਰਿਲੇਸ਼ਨਲ ਆਪਰੇਟਰ ਹੈਗਾ ਹੈਵ ਦਾ ਫਰੋਲੋਇੰਗ ਕੈਰੈਕਟਰਿਸਟਿਕਸ ਰਿਲੇਸ਼ਨਲ ਆਪਰੇਟਰਸ ਆਲਵੇਸ ਵਰਕ ਔਨ ਵਨ অর ਮੋਰ ਰਿਲੇਸ਼ਨਲ ਟੇਬਲ ਇੱਕ ਜਾਂ ਇੱਕ ਤੋਂ ਜ਼ਿਆਦਾ ਰਿਲੇਸ਼ਨਲ ਟੇਬਲ ਤੇ ਉੱਤੇ ਕੰਮ ਕਰਦਾ ਹੈਗਾ ਤੇ ਇੱਕ ਦੂਜਾ ਹੈਗਾ ਦੇ ਆਲਵੇਸ ਪ੍ਰੋਡਿਊਸ ਅਨਦਰ ਰਿਲੇਸ਼ਨਲ ਟੇਬਲ ਇੱਕ ਹੋਰ ਨਵਾਂ ਰਿਲੇਸ਼ਨਲ ਟੇਬਲ ਜਿਹੜਾ ਪ੍ਰੋਡਿਊਸ ਹੋ ਜਾਂਦਾ ਹੈ ਤੀਜਾ ਹੈਗਾ ਵੀ ਦ ਰਿਜ਼ਲਟ ਟੇਬਲ ਪ੍ਰੋਡਿਊਸਡ ਬਾਈ ਅ ਰਿਲੇਸ਼ਨਲ ਆਪਰੇਟਰ ਹੈਜ਼ ਆਲ ਦਾ ਪ੍ਰੋਪਰਟیز ਆਫ ਰਿਲੇਸ਼ਨਲ ਮਾਡਲ ਜਿਹੜਾ ਇਹਦੇ ਵਿੱਚ ਰਿਜ਼ਲਟ ਜਿਹੜਾ ਟੇਬਲ ਦਾ ਰਿਜ਼ਲਟ ਆਂਦਾ ਹੈਗਾ ਜਿਹੜਾ ਆ ਰਿਲੇਸ਼ਨ ਆਪਰੇਟਰ ਆਪਰੇਟ ਹੋਣ ਤੋਂ ਬਾਅਦ ਜਿਹੜਾ ਟੇਬਲ ਆਪਣਾ ਬਣਦਾ ਹੈਗਾ ਉਹਦੇ ਵਿੱਚ ਵੀ ਰਿਲੇਸ਼ਨਲ ਮਾਡਲ ਦੀਆਂ ਸਾਰੀਆਂ ਪ੍ਰੋਪਰਟੀਆਂ ਹੁੰਦੀਆਂ ਨੇ ਰਿਲੇਸ਼ਨਲ ਆਪਰੇਟਰ ਆਰ ਅਨਫੈਕਟਿਡ ਬਾਈ ਦਾ ਮੈਥਡ ਆਫ ਫਿਜ਼ੀਕਲ ਸਟੋਰੇਜ ਆਫ ਡਾਟਾ ਆਪਣਾ ਡਾਟਾ ਕਿੱਥੇ ਸਟੋਰ ਹੋਇਆ ਹੋਇਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਉਹਦੇ ਉੱਤੇ ਆਪਰੇਟਰਸ ਯੂਜ਼ ਹੋਣ ਪਹਿਲਾ ਆਪਰੇਟਰ ਹੈਗਾ ਯੂਨੀਅਨ ਆਪਰੇਟਰ ਠੀਕ ਹੈ ਤੁਹਾਨੂੰ ਇਹ ਬੜਾ ਵਧੀਆ ਤਰੀਕੇ ਨਾਲ ਪਤਾ ਹੈਗਾ ਵੀ ਯੂਨੀਅਨ ਆਪਰੇਟਰ ਜਿਹੜਾ ਡਿਨੋਟਿਡ ਹੁੰਦਾ ਯੂ ਨਾਲ ਅਗਰ A ਦੇ ਵਿੱਚ ਸੈੱਟ ਦੇ ਵਿੱਚ 1 2 3 ਹੈ B ਦੇ ਵਿੱਚ 3 4 6 ਹੈ ਤਾਂ ਉਹਦਾ ਜਿਹੜਾ ਯੂਨੀਅਨ ਹੈਗਾ ਉਹ ਕਿਵੇਂ ਬਣ ਜਾਏਗਾ A ਦਾ ਤੇ B ਦਾ ਸੋ so, 1 2 3 ਵੀ ਆ ਗਿਆ ਤੇ 3 ਤਾਂ ਕਾਮਨ ਹੈ ਇਸ ਲਈ ਇੱਕ ਵਾਰ ਆ ਗਿਆ ਤੇ 4 ਤੇ 6 ਇਹਦੇ ਨਾਲੇ ਬਣ ਗਿਆ ਯੂਨੀਅਨ ਅਗਰ ਆਪਾਂ ਇਹਨੂੰ ਟੇਬਲ ਦੇ ਰੂਪ ਵਿੱਚ ਦੇਖੀਏ ਤਾਂ ਦੇਖੋ ਆ ਰੋਲ ਨੰਬਰ ਨੇਮ ਸਬਜੈਕਟਸ ਨੇ ਏ ਹੋ ਗਿਆ ਬੀ ਦੇ ਵਿੱਚ ਵੀ ਇਹੀ ਹੋ ਗਿਆ ਠੀਕ ਹੈ ਤੇ ਇਹਨਾਂ ਦੋਨਾਂ ਦਾ ਅਗਰ ਯੂਨੀਅਨ ਕਰੀਏ ਤਾਂ ਦੇਖੋ ਦੋਨੋਂ ਇਕੱਠੇ ਹੋ ਕੇ ਟੇਬਲ ਆ ਵਾਲਾ ਕ੍ਰੀਏਟ ਹੋ ਗਿਆ ਇੰਟਰਸੈਕਸ਼ਨ ਦਾ ਮਤਲਬ ਹੈਗਾ ਜਿਹੜਾ ਉਹਨਾਂ ਚ ਕੋਮਨ ਹੈਗਾ ਉਹੋ ਚੀਜ਼ ਲੈਣੀ ਠੀਕ ਹੈ ਉਹਦੇ ਵਿੱਚ ਉਹ ਇਹਦਾ ਡਿਨੋਸ਼ਨ ਜਿਹੜਾ ਡਿਨੋਟ ਹੁੰਦਾ ਹੈਗਾ ਇਦੇ ਵਿੱਚ 1 2 3 ਇਹਦੇ 3 4 6 ਤੱਕ ਕੀ ਹੈ 3 ਕਾਮਨ ਹੈ ਤੇ ਇਹ ਹੋ ਜਾਊਗਾ ਆਪਣਾ ਰਿਜ਼ਲਟ ਦੇਖੋ ਇਹਦੇ ਵਿੱਚ ਆ ਨੇਮ ਤੇ ਗ੍ਰੇਡ ਹੈ ਇਹਦੇ ਵਿੱਚ ਵੀ ਨੇਮ ਤੇ ਗ੍ਰੇਡ ਹੈ B ਚ ਟੇਬਲ ਚ ਵੀ ਤੇ ਇਹਦੇ ਵਿੱਚ ਦੋਨਾਂ ਚ ਕਾਮਨ ਕਿਹੜਾ ਵੀ ਕੀ ਹੈ ਤਾਂ ਵੀ ਕੀ ਜਿਹੜਾ ਹੈਗਾ A ਇੰਟਰਸੈਕਸ਼ਨ B ਦਾ A ਬਣ ਜਾਊਗਾ ਡਿਫਰੈਂਸ ਜਿਹੜਾ ਹੁੰਦਾ ਹੈਗਾ ਇਹਦੇ ਵਿੱਚ ਮਤਲਬ ਅਗਰ ਆਪਾਂ A ਦੇ ਵਿੱਚ ਆ ਸੈੱਟ ਹੈ B ਦੇ ਵਿੱਚ ਆ ਸੈੱਟ ਹੈ ਤਾਂ A B ਕਰਾਂਗੇ ਤਾਂ ਜਿਹੜੇ A ਚ ਹੈਗੇ ਨੇ B ਚ ਨਹੀਂ ਹੈਗੇ ਉਹ ਆ ਜਾਣਗੇ ਦੇਖੋ 1 2 3 ਨਹੀਂ ਹੈਗੇ 4 5 ਇਹਦੇ ਵਿੱਚ ਹੈਗੇ ਤਾਂ ਇਹਦੇ ਵਿੱਚ 1 2 3 ਆ ਜਾਏਗਾ ਜਿਹੜੇ ਵਿੱਚ ਹੈਗੇ ਨੇ ਉਹ ਕੱਟ ਜਾਣਗੇ ਠੀਕ ਹੈ ਬਗਰ ਅਗਰ ਉਲਟਾ ਕਰ ਦਿਆਂ b a ਕਰਦੇ ਆ ਤਾਂ b ਵਾਲਾ ਸੈੱਟ ਪਹਿਲਾਂ ਚੱਕਾਂਗੇ ਉਹ ਤੋਂ ਬਾਅਦ ਇਹਦੇ ਵਿੱਚੋਂ b ਚੋਂ a ਵਾਲੇ ਜਿਹੜੇ ਹੈਗੇ ਨੇ 엘ਿਮੈਂਟਸ ਉਹ ਮਾਈਨਸ ਹੋਣਗੇ ਤਾਂ ਇਹਦੇ ਵਿੱਚ 4 ਤੇ 5 ਮਾਈਨਸ ਹੋ ਕੇ ਕੀ ਰਹਿ ਜਾਊਗਾ 6 7 8 ਤਾਂ ਐਗਜ਼ਾਮਪਲ ਦੇਖੋ ਅਗਰ ਆਪਾਂ ਇਹਨਾਂ ਦੋਨਾਂ ਦੀ ਐਗਜ਼ਾਮਪਲ ਲੈਣੇ ਹੈਗੇ a b ਦੇ ਵਿੱਚ ਇਹਦੇ ਵਿੱਚ ਕਿਹੜਾ ਜਿਹੜਾ ਹੈਗਾ वन जीरो वन वन जीरो थ्री ये सारे रोल नंबर ने आईडीज़ ने ये आदमी कहने ए माइनस बी तो ये कि माइनस हो जाएंगे ज नहीं है गे. आ नहीं हैगा कट जूगा फोर कट जूगा तो ये वन जीरो वन वन जीरो वन वन जीरो सैवन ये टेबल अपन द्वारा क्रिएट करना पड़ेगा आ वाला टेबल तुम प्लीज़ कंसीडर ना करियो बच्चों ठीक है आ वाला ठीक है ये वाला ठीक है।, है।, है बी माइनस एन दे देखो ये वन जीरो थ्री जरा कट गया तो फोर भी कट गया ਤੇ 10 ਵੀ ਕੱਢ ਦਈਏ ਇਸ ਲਈ ਸਿਰਫ 106 ਲੱਗ ਗਿਆ ਇਹ ਵਾਲਾ ਟੇਬਲ ਸਹੀ ਨਹੀਂ ਹੈਗਾ ਠੀਕ ਹੈ ਕਾਰਟੀਜੀਨ ਪ੍ਰੋਡਕਟ ਹੁੰਦਾ ਹੈਗਾ ਵੀ A ਔਰ B ਦੇ ਵਿੱਚ ਜਿਵੇਂ 1 2 3 ਹੈ ਤੇ 4 5 6 ਹੈ X ਨਾਲ ਇਹ ਡਿਨੋਟ ਹੁੰਦਾ ਹੈਗਾ ਤਾਂ ਦੋਨਾਂ ਦੇ ਜਿਵੇਂ 1 ਤੇ 4 1 ਤੇ 5 1 ਤੇ 6 ਫਿਰ ਉਸ ਵਾਰ 2 ਤੇ 4 ਐਵੇਂ ਸੈਟ ਬਣ ਜਾਣਗੇ ਠੀਕ ਹੈ ਤੇ ਇਹਦੇ ਵਿੱਚ ਦੇਖੋ ਅਗਰ ਇੱਕ ਇਹਦੇ ਵਿੱਚ ਦੋ ਟੇਬਲ ਬਨੇ ਹੋਏ ਨੇ ਇੱਕ men ਤੇ ਇੱਕ women ਦਾ तो इस तरह कार्टेशियन प्रोडक्ट बन जाएगा देखो ओन् ही नंबर ऑफ रोज़ तो उन्न ही नंबर ऑफ कॉलम्स इनक्रीज हो जाएंगे तो आई होप यू हैव अंडरस्टूड दिस फोर ऑपरेशंस सो दिस एडिशनल एलजेब्रिक वी विल डू टूमारो ओके सो मेक नोट्स बच्चे एंड इफ यू हैव एनी प्रॉब्लम्स यू कैन ऑस्क मे एनी टाइम बाय